सुनी अरदास स्वामी मेरे सुनी अरदास स्वामी मेरे सर्प कला बने
Yeah.
सच्चा साहिब अमित बढ़ाई भगत वत्सल दया Oh.
ਕਿਉਂਕਿ ਇਹਨਾਂ ਇੱਕ ਸੁਖੈਨ ਰਸਤਾ ਦੁਨੀਆ ਨੂੰ ਦੱਸਿਆ, ਇੱਕ ਆਸਾਨ ਰਸਤਾ ਦੁਨੀਆ ਵਾਸਤੇ ਤਿਆਰ ਕੀਤਾ, ਜਿਸ ਵਿੱਚ ਪਰਮਾਤਮਾ ਨੂੰ ਯਾਦ ਰੱਖਣ ਵਾਸਤੇ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ, ਕਿਸੇ ਕਿਸਮ ਦੇ ਸਰੀਰਕ ਤਕਲੀਫ ਨਾ ਹੋਵੇ। ਗੁਰੂ ਸਾਹਿਬ ਕਹਿੰਦੇ ਹਨ, ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲੈ ਬੁਲਾਓ, ਇਸ ਵਾਸਤੇ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਤਾਂ ਆਪਾਂ ਸਾਰੇ ਗੁਰੂ ਨਾਨਕ ਦੀ ਉਸਤਤ ਗਾਈਏ, ਜਿਸ ਤਰ੍ਹਾਂ ਧਰਤੀ ਦੀ ਪੁਕਾਰ ਸੁਣੀ, ਜਿੱਥੇ ਜਿੱਥੇ ਗਏ, ਮੈਂ ਮੂਰਖ ਕੀ ਕਿਰਤ ਬਾਤ ਹੈ ਕੋਟ ਪ੍ਰਾਤੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਦੇਖਿਆ, ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਦੇਖਿਆ। ਗੁਰੂ ਨਾਨਕ ਦੇ ਦਰਸ਼ਨ ਤਾਂ ਇਸ ਵੇਲੇ ਵੀ ਹੋ ਰਹੇ ਹਨ, ਸਰੀਰ ਕਰਕੇ ਨਹੀਂ, ਸ਼ਬਦ ਕਰਕੇ, ਬਾਣੀ ਕਰਕੇ। ਉਸ ਵੇਲੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਦੁਨੀਆਂ 'ਚ ਆਏ ਸਨ, ਜਿਨ੍ਹਾਂ ਨੇ ਸਾਖਿਆਤ ਦਰਸ਼ਨ ਕੀਤੇ ਸਰੀਰ ਕਰਕੇ ਵੀ, ਉਹਨਾਂ ਦੇ
ਮਨ ਅੰਦਰ ਠੰਡ ਪੈ ਗਈ। ਬਾਣੀ ਆਖਦੀ ਹੈ ਤਪ ਤਮਾਏ ਠਾਂਡ ਵਰਤਾਈ ਆਨੰਦ ਪਿਆ ਦੁੱਖ ਨਾਠੇ ਪਾਈ। ਇਸ ਵਾਸਤੇ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਆਓ ਆਪਾਂ ਗੁਰੂ ਨਾਨਕ ਦੀ ਵਡਿਆਈ ਆਖੀਏ। ਪ੍ਰਗਟ ਭਈ ਸਗਲੇ ਜੁਗ ਅੰਤਰ ਪ੍ਰਗਟ ਭਈ ਸਗਲੇ ਆ
ਜੀਵਾਂ ਨੇ ਪੁਕਾਰ ਕੀਤੀ ਗੁਰੂ ਨਾਨਕ ਆਇਆ ਭੇਜਿਆ ਗੁਰੂ ਨਾਨਕ ਤੋਂ ਉਸ ਪਰਿਪੂਰਨ ਪਰਮਾਤਮਾ ਨੇ ਹੋ ਕੀ ਰਿਹਾ ਸੀ ਇਸ ਦੁਨੀਆਂ ਵਿੱਚ ਮਜ਼ਬੀ ਲੜਾਈਆਂ ਮਜ਼ਬੀ ਝਗੜੇ ਆਪੋ ਤਾਪੀ ਆਪਣਾ ਆਪਣਾ ਧਰਮ ਕੋਈ ਸੂਰਜ ਨੂੰ ਮੰਨਦਾ ਕੋਈ ਚੰਦਰਮਾ ਨੂੰ ਮੰਨਦਾ ਕੋਈ ਪਾਣੀ ਨੂੰ ਦੇਵਤਾ ਮੰਨਦਾ ਕੋਈ ਅਗਨੀ ਨੂੰ ਮੰਨਦਾ ਰੱਬ ਸਾਰਿਆਂ ਨੂੰ ਵਿਸਰਿਆ ਹੋਇਆ ਸੀ ਕੋਈ ਧਰਮਰਾਜ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਕੋਈ ਕਿਸੇ ਨੂੰ ਮੰਨਦਾ ਪਰਮਾਤਮਾ ਸਾਰਿਆਂ ਨੂੰ ਵਿਸਰਿਆ ਹੋਇਆ ਸੀ ਚਾਰ ਵਰਨ ਸਨ ਆਪੋ ਵਿੱਚ ਝਗੜਾ ਰੱਖਦੇ ਸਨ ਹਿੰਦੂ ਮੁਸਲਮਾਨ ਦੋ ਕੌਮਾਂ ਹਿੰਦੂ ਕਹਿੰਦਾ ਸੀ ਅਸੀਂ ਵੱਡੇ ਹਾਂ ਮੁਸਲਮਾਨ ਕਹਿੰਦੇ ਸਨ ਅਸੀਂ ਵੱਡੇ ਹਾਂ ਇਹ ਮਜ਼ਬੀ ਝਗੜੇ ਸਨ ਤਾਂ ਗੁਰੂ ਨਾਨਕ ਸਾਹਿਬ ਨੇ ਆ ਕੇ ਕੀਤਾ ਕਿ ਸੁਣੀ ਪੁਕਾਰ ਦਤਾਰ ਪ੍ਰਭੂ ਗੁਰੂ ਨਾਨਕ ਜਗਮਾਏ ਪਠਾਇਆ ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ ਪਾਰ ਬ੍ਰਹਮ ਪੂਰਨ ਬ੍ਰਹਮ ਕਿੱਥੇ ਲੋਕਾਂ ਦੇ ਅਨੇਕਾਂ ਰੱਬ ਸਨ ਪਰ ਕਿੱਥੇ ਗੁਰੂ ਨਾਨਕ ਸਾਹਿਬ ਨੇ ਆਣ ਕੇ ਪਾਰ ਬ੍ਰਹਮ ਉਸ ਪਰਮੇਸ਼ਰ ਨੂੰ ਆਖਿਆ ਵੀ ਇੱਕ ਹੈ ਉਸਦਾ ਨਾਮ ਅੱਲਾ ਹੈ ਉਸਦਾ ਨਾਮ ਖੁਦਾ ਹੈ ਉਸਦਾ ਨਾਮ ਰਾਮ ਹੈ ਉਸਦਾ ਨਾਮ ਰਹੀਮ ਹੈ ਇਸ ਵਾਸਤੇ ਕਹਿੰਦੇ ਹਨ ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਕ ਬਰਾਬਰੀ ਪੈਰੀ ਪਾਉਣਾ ਜਗ ਵਰਤਾਇਆ ਉਲਟਾ ਖੇਲ ਧਰਮ ਦਾ ਪੈਰਾਂ ਉੱਪਰ ਸੀਸ ਨਵਾਇਆ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਜਗਤ ਭਈ ਸਗਲੇ ਜੁਗ ਅੰਤਰ ਜਗਤ ਭਈ ਸਗਲੇ ਪਿੱਛੋਂ ਦੇ ਫਿਰ ਕਾਲ ਕੁਮਾਈ ਰੇਤ ਅੱਕ ਆਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣ ਆਈ ਬਾਬਾ ਪੈਂਦਾ ਸੱਚ ਖੰਡ ਨੌਨਿਤ ਨਾਮ ਗਰੀਬੀ ਪਾਈ ਬਸ ਇਹੋ ਸਭ ਤੋਂ ਵੱਡੀ ਬਖਸ਼ਿਸ਼ ਸੀ ਜਿਸ ਵਿੱਚ
ਗੁਰੂ ਨਾਨਕ ਸਾਹਿਬ ਜੀ ਨੇ ਆਣ ਕੇ ਇਸ ਸੰਸਾਰ ਉੱਤੇ ਇਸ ਗਰੀਬੀ ਨੂੰ ਅਤੇ ਸੱਚੇ ਨਾਮ ਨੂੰ ਵੰਡਿਆ। ਉਸ ਪਰਿਪੂਰਨ ਪਰਮਾਤਮਾ ਪਰਮੇਸ਼ਰ ਨੇ ਜਿਸਲੇ ਗੁਰੂ ਨਾਨਕ ਸਾਹਿਬ ਵੇਈ ਨਦੀ ਵਿੱਚ ਟੁੱਬਾ ਮਾਰ ਕੇ ਗਏ ਹਨ ਉਸ ਪਰਮਾਤਮਾ ਦੇ ਚਰਨਾਂ ਵਿੱਚ ਤੇ ਆਖਿਆ ਹੈ, ਪਰਮੇਸ਼ਰ ਆਖਦਾ ਹੈ, ਮੈਂ ਪਾਰਬ੍ਰਹਮ ਪਰਮੇਸ਼ਰ ਤੂੰ ਗੁਰ ਪਰਮੇਸ਼ਰ, ਜੋ ਮੇਰੇ ਕਰਮ ਸੋ ਤੇਰੇ ਕਰਮ, ਜਿਸ ਤੇ ਮੇਰੀ ਨਜ਼ਰ ਉਸ ਤੇ ਤੇਰੀ ਮਿਹਰ। ਇਹ ਹੈ ਅਕਾਲ ਪੁਰਖ ਨੇ ਵਾਅਦਾ ਕਰ। ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਮੂਲ ਮੰਤਰ ਉਚਾਰਿਆ, ਉਸਤਤ ਕੀਤੀ। ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਆਖਿਆ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸਾਉਣ ਨਾ ਖਾਓ, ਵੀ ਤੇਰੀ ਕੀਮਤ ਨਾ ਪਵੇ, ਹਉ ਕੇਵਲ ਆਖਾਂ ਨਾ। ਗੁਰੂ ਨਾਨਕ ਸਾਹਿਬ ਗੁਰੂ ਬਖਸ਼ ਲੈ ਕੇ ਆਏ। ਇਸੇ ਵਾਸਤੇ ਸਿੱਧਾਂ ਨੂੰ ਆਖਿਆ ਸੀ, ਸਿੱਧਾਂ ਨੇ ਸਵਾਲ ਕੀਤਾ ਸੀ, ਗੁਰੂ ਕੌਣ ਹੈ ਤੇਰਾ? ਗੁਰੂ ਸਾਹਿਬ ਨੇ ਜਵਾਬ ਦਿੱਤਾ ਸੀ, ਸ਼ਬਦ ਗੁਰੂ ਸੁਰਤ ਤੁਮ ਚੇਲਾ, ਕਿਉਂਕਿ ਅਕਾਲ ਪੁਰਖ ਉਸ ਪਰਮੇਸ਼ਰ ਪਾਸੋਂ ਗੁਰੂ ਪਰਮੇਸ਼ਰ ਦੀ ਪਦਵੀ ਲੈ ਕੇ ਆਏ ਸਨ, ਅਕਾਲ ਪੁਰਖ ਦਾ ਬਚਨ ਲੈ ਕੇ ਆਏ ਸਨ। ਤੇ ਭਾਈ ਸਾਹਿਬ ਜੀ ਦੇ ਕਥਨ ਅਨੁਸਾਰ ਗਰੀਬੀ ਲੈ ਕੇ ਆਏ ਸਨ, ਨਿਮਰਤਾ ਲੈ ਕੇ ਆਏ ਸਨ। ਫਿਰ ਇਸ ਗਰੀਬੀ ਦੇ ਸਹਾਰੇ, ਨਿਮਰਤਾ ਦੇ ਸਹਾਰੇ ਭਾਈ ਸਾਹਿਬ ਜੀ ਕਹਿੰਦੇ ਹਨ, ਬਾਬਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ ਹੈ ਕਰਦੀ ਸੁਣੀ ਲੁਕਾਈ, ਬਾਬੇ ਪੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਦਣ ਧਰਤ ਲੁਕਾਈ, ਚੜਿਆ ਸੋਦਣ ਧਰਤ ਲੁਕਾਈ, ਪ੍ਰਗਟ ਕਲਾ
बाबा आया तीर्थी तीर्थ पूर्व सबे फिर देखे पूर्व धर्म कर्म कर पाओ भगत बिन किते न लेखे पाओ न ब्रह्मे लिखिया न ब्रह्मे लिखिया चार वेद सिमरत पढ़ देखे पाओ न ब्रह्मे लिखिया चार वेद सिमरत पढ़ देखे ढूंढी सगली पृथ्वी गुरु नानक ने सारी धरती ढूंढ मारी किते प्रेमा भगती नहीं लभी किस दे अंदर सारे अंदर दिल रुखे सन सारे अंदर दिल को कोरे सन सारे अंदर दिल विच किसी लिए प्यार नहीं सी रात्रि भाव नहीं सी आपो अपना धर्म आपो अपने झगड़े चलते सन भाई गुरदास जी आखते हैं पाओ न ब्रह्मे लिखिया चार वेद सिमरत पढ़ देखे ढूंढी सगली पृथ्वी सतयुग आदुआ परद्रेते कलयुग तुंदुकार है परम कुलाई बोबिद पेखे पेखे प्रभु न पाइए आप गुवाए रूप न रेखे गुरमुख वर्ण अवर्ण हुए निव चले गुरसिख वसेखे ता किछ काल पवे दर लेखे ता किछ काल पवे दर लेखे प्रगट सगले जुग अंतर प्रगट भई सगले जुग अंतर गुनानक की वडियाई गुनानक की वडियाई गुनानक की वडियाई गुनानक की वडियाई सुनी अरदास स्वामी मेरे अरदास स्वामी मेरे सर्व कला बनियाई सर्व कला बनियाई सर्व कला सतगुरु नानक प्रगटिया मिट्टी तुंद जग चानन हुआ जो कर सूरज निकलिया
ਤਾਰੇ ਛੱਪੇ ਅੰਧੇਰ ਪਲਵਾ ਸਿੰਘ ਬੁਕੇ ਮਿਰਗਾ ਵਾਲੀ ਪੰਨੀ ਜਾਏ ਨਾ ਤੀਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਨ ਥਾ ਪੰਸੋਆ ਸਿੱਧ ਆਸਨ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ ਘਰ ਘਰ ਅੰਦਰ ਧਰਮ ਸਾ ਹੋਵੇ ਕੀਰਤਨ ਸਦਾ ਵਿਸੋਆ ਘਰ ਘਰ ਅੰਦਰ ਧਰਮ ਸਾਲ ਆਪਾਂ ਸਾਰੇ ਦੇਖਦੇ ਹਾਂ ਹਰ ਗੁਰਸਿੱਖ ਨੇ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਹੈ ਆਪਣੇ ਘਰ ਦੇ ਅੰਦਰ ਕਈਆਂ ਘਰਾਂ ਅੰਦਰ ਸਤਸੰਗ ਵੀ ਲੱਗਦਾ ਹੈ ਕਈਆਂ ਘਰਾਂ ਅੰਦਰ ਸ਼ਹਿਰ ਜਲੰਧਰ ਸ਼ਹਿਰ ਵਿੱਚ ਵੀ ਦਿੱਲੀ ਸ਼ਹਿਰ 'ਤੇ ਇਸ ਤਰ੍ਹਾਂ ਹੁੰਦਾ ਹੈ ਹਫ਼ਤਾਵਾਰੀ ਦੀਵਾਨ ਵੀ ਸਜਦੇ ਹਨ ਇਹ ਮਿਹਰ ਕਿਹਦੀ ਹੈ ਬਖਸ਼ਿਸ਼ ਕਿਹਦੀ ਹੈ ਥਾਂ ਥਾਂ 'ਤੇ ਗੁਰਦੁਆਰੇ ਥਾਂ ਥਾਂ 'ਤੇ ਧਰਮਸ਼ਾਲਾ ਵਸੀਆਂ ਹੋਈਆਂ ਹਨ ਅਤੇ ਹਰ ਜਗ੍ਹਾ ਹਰੀ ਜਸ ਹਰੀ ਕੀਰਤਨ ਹੋ ਰਿਹਾ ਹੈ ਇਹ ਮਿਹਰ ਕਿਹਦੀ ਹੈ ਗੁਰੂ ਨਾਨਕ ਦੀ ਬਖਸ਼ਿਸ਼ ਜਿਸਲੇ ਵਜਦ ਵਿੱਚ ਆਉਂਦੇ ਸਨ ਕਿਤੇ ਜਾਂਦੇ ਸਨ ਕਿਸੇ ਪਰਤਾਏ ਆਖਦੇ ਸਨ ਅਤੇ ਕਹਿੰਦੇ ਸਨ ਮਰਦਾਨਿਆਂ ਵਜਾਰ ਵਾ ਬਾਣੀ ਆਈ ਹੈ ਬਾਣੀ ਉਚਾਰਦੇ ਸਨ ਬਚਨ ਉਚਾਰਦੇ ਸਨ ਪਾਪੀਆਂ ਨੂੰ ਉਪਦੇਸ਼ ਦਿੰਦੇ ਸਨ ਸੱਜਣ ਵਰਗੇ ਠੱਗਾਂ ਨੂੰ ਜੋ ਬਾਹਰੋਂ ਸੱਜਣ ਅੰਦਰੋਂ ਠੱਗ ਉਹਨਾਂ ਨੂੰ ਸਿੱਧੇ ਰਸਤੇ ਕਿਸ ਤਰ੍ਹਾਂ ਪਾਇਆ ਬਾਣੀ ਉਚਾਰ ਕੇ ਕੀਰਤਨ ਸੁਣਾ ਕੇ ਉਸਦੇ ਦਿਲ ਦੀ ਗੱਲ ਨੂੰ ਸਮਝ ਕੇ ਉਸਨੂੰ ਸੁਣਾ ਕੇ ਉਸਨੂੰ ਸਿੱਧੇ ਰਸਤੇ ਪਾਇਆ ਇਸੇ ਵਾਸਤੇ ਭਾਈ ਸਾਹਿਬ ਆਖਦੇ ਹਨ ਘਰ ਘਰ ਅੰਦਰ ਧਰਮ ਸਾ ਹੋਵੇ ਕੀਰਤਨ ਸਦਾ ਵਿਸੋਆ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਥਮੀ ਸੱਚਾ ਟੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਸਾਰੇ ਉੱਚੀ ਆਵਾਜ਼ ਨਾਲ ਆਖੋ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਪ੍ਰਗਟ ਸਗਲੇ ਜੁਗ ਅੰਤਰ ਪ੍ਰਗਟ
बाबे जिठी पृथ्वी नवे खंड जिथे तक आ गई फिर जा चढ़े समेर ते सिद्ध मंडली दृष्टि आई सिद्ध पुछन सुन बालिया कौन सक तो इथे लियाई हां जपिया परमेसरो पाओ भगत संताड़ी लाई सिर पुछन सुन बालिया अपना नाम तुम देव बताई बाबा के नाथ जी नानक नाम जपे गत पाई नीच काए पूज कर आई नीच कहाए पूज कर आई जोगिया नु सीधे रस्ते पाउण वास्ते समेर ते गए जो पुले पटके सन रस्ते तो जिन्हां ने उपराला तां कीता सी प्रभु दे मिलन दा पर जिस वेले रिधियां सिधियां शक्तियां मिल गईयां उसे विच अटक गए रस्ता मंजिल तय नहीं कीती विचकार रह गए अधवाटे रह गए उन्हां नूं सीधे रस्ते लाउण वास्ते समीर पहाड़ ते गए बथेरा यतन कीता अपने पंथ च लिआउण वास्ते पर गुरु साहब ते अगे कौन ठहर सकदा सी समझ लिया सिद्धा ने भी इह कलयुग दा अवतार है इह कलयुग नूं तारन वास्ते आए हन सवाल कीता गया फिर पुछण सिद्ध नानका मात लोक विच की वरतारा सब सिद्धिए बुझिया कल तारन नानक अवतारा बाबे क्या नाथ जी सच चंद्रमा कूड़ी अंधारा कल का तेरा जे कसाई धर्म पंख कर उड़िया कूड़ी अमावस सच चंद्रमा दिसे नाही कह चढ़िया हां पाल विकुन्नी होई अंधेरे रान कोई बाबे के आनाथ जी सच चंद्रमा कूड़ी अंधारा कूड़ी मान स्वर्तिया हां पालन चढ़िया संसारा पाप ग्रासी पृथ्वी तौल खड़ा तर हेठ पुकारा सिद्ध छप बैठे परबती कौन जगत को पार उतारा सिद्ध अते जोगी नौ नाथ चौरासी सिद्ध ये सारे अपने मतलब लिए पहाड़ां में जा बैठे सन दुनिया नाल कोई मतलब नहीं रखिया पर उपकार की भावना दिल विच नहीं रही सिर्फ अपना स्वार्थ लैके पहाड़ां में जा बैठे तो गुरु साहब उपदेश दिंदे हन सिर छप बैठे पर्वती कौन जगत को पार उतारा जोगी ज्ञान में गुणिया निस्दिन अंग लगाए नचारा बाज गुरु डुब्बा जग सारा बाज गुरु डुब्बा जग सारा भगत भई सकले गुरु नानक की बड़ियाई
ਕੀ ਵਰਤਾਰਾ ਹੋ ਰਿਹਾ ਹੈ, ਕਿੱਦਾਂ ਦਾ ਹੈ ਮਾਤ ਲੋਕ? ਪਹਿਲਾਂ ਤਾਂ ਗੁਰੂ ਸਾਹਿਬ ਨੇ ਸਿੱਧਾਂ ਨੂੰ ਖੂਬ ਝਾੜਿਆ, ਤਾੜਨਾ ਕੀਤੀ ਤੇ ਫਿਰ ਦੁਨੀਆਂ ਦੀ ਹਾਲਤ ਦੱਸਣ ਲੱਗੇ। ਕੱਲ ਆਈ ਕੁੱਤੇ ਮੂਈ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕੁਮਾਉਂਦੇ ਉਲਟੀ ਵਾੜ ਖੇਤ ਕੋ ਖਾਈ, ਪ੍ਰਜਾ ਅੰਧੀ ਗਿਆਨ ਵਿਨ। ਅੱਜ ਵੀ ਸਾਡੇ ਦੇਸ਼ ਵਿੱਚ ਇਹ ਦੌਰ ਦੁਆਰਾ ਚੱਲਿਆ ਹੋਇਆ ਹੈ, ਪ੍ਰਜਾ ਅੰਧੀ ਗਿਆਨ ਵਿਨ, ਕੂੜ ਕੁਸੱਤ ਮੁਖੋਂ ਅਲਾਈ, ਕੂੜ ਕੁਸੱਤ ਮੁਖੋਂ ਅਲਾਈ। ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਪਾਈ, ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਕਰੀ ਤਿਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖਾਂ ਦਾ ਮਹਿਤ ਭਾਵੇਂ ਆਏ ਕਿਥਾਂ ਜਾਈ, ਵਰਤਿਆ ਪਾਪ ਸਭ ਜਗ ਮਾਈ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ। ਗੁਰੂ ਸਾਹਿਬ ਨੂੰ ਕਾਬੂ ਕਰਨ ਦਾ ਯਤਨ ਕੀਤਾ, ਮਨ ਵਿੱਚ ਵਿਚਾਰ ਕੀਤੀ ਕਿ ਸਾਡਾ ਕਿਸ ਤਰ੍ਹਾਂ ਉਪਦੇਸ਼ ਲੈ ਲਵੇ, ਸਾਡਾ ਪੰਥ ਰੋਸ਼ਨ ਹੋ ਜਾਵੇਗਾ ਇਸ ਦੇ ਆਉਣ ਨਾਲ। ਤਰਕੀਬ ਸੋਚਦੇ ਹਨ, ਗੁਰੂ ਦੀ ਪ੍ਰੀਖਿਆ ਲੈਂਦੇ ਹਨ। ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ, ਐਸਾ ਜੋਗੀ ਕਲੀ ਮਾਹੇ ਹਮਰੇ ਪੰਥ ਕਰੇ ਉਜਿਆਲਾ, ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੈਵਣ ਉੱਠ ਚਾਲਾ, ਬਾਬਾ ਆਇਆ ਪਾਣੀਏ ਡਿੱਠੇ ਰਤਨ ਜਵੇ ਹਰ ਲਾਲਾ, ਸਤਿਗੁਰ ਅਗਮਿਆ ਗਾਦ ਪੁਰਖ ਕਿਹੜਾ ਚੱਲੇ ਗੁਰ ਦੀ ਚਾਲਾ, ਫਿਰ ਆਇਆ ਗੁਰਨਾਥ ਜੀ ਪਾਣੀ ਠੋਰ ਨਹੀਂ ਉਸਤਾਲਾ, ਸ਼ਬਦ ਜਿੱਤੀ ਸਿੱਧ ਮੰਡਲੀ ਬਸ ਇੱਕੋ ਸ਼ਬਦ ਨਾਲ, ਇੱਕੋ ਅੱਖਰ ਨਾਲ ਕਿ ਪਾਣੀ ਉੱਥੇ ਹੈ ਨਹੀਂ। ਸਿੱਧਾਂ ਨੇ ਆਪਣੀ ਮਾਇਆ ਜਾਲ ਨਾਲ ਤੋਂ, ਆਪਣੇ ਰਿਧੀਆਂ ਸਿੱਧੀਆਂ ਨਾਲ ਜੋ ਇੱਕ ਤੁੱਛ ਮਾਤਰ ਸਨ, ਗੁਰੂ ਸਾਹਿਬ ਕੋਲ
ਇਹੋ ਜਿਹੀਆਂ ਅਨੇਕਾਰ ਦੀਆਂ ਸਿੱਧੀਆਂ ਸਨ। ਉਹ ਆਪ ਭੰਡਾਰ ਦੇਣ ਵਾਲੇ ਸਨ ਰਿਧੀਆਂ ਸਿੱਧੀਆਂ ਦੇ। ਸਿੱਧਾਂ ਨੇ ਆਪਣੀ ਮਾਇਆ ਜਾਲ ਨਾਲ ਪਾਣੀ ਨੂੰ ਰਤਨ ਤੇ ਜਵਾਹਰ ਬਣਾ ਦਿੱਤਾ, ਹੀਰੇ ਬਣਾ ਦਿੱਤਾ। ਲੇਕਿਨ ਗੁਰੂ ਸਾਹਿਬ ਜਾਣੇ ਜਾਣ ਸਨ, ਉਹ ਸਭ ਕੁਝ ਜਾਣਦੇ ਸਨ। ਆਪ ਪਰਮਾਤਮਾ ਸਨ, ਆਪ ਪਰਮਾਤਮਾ ਦਾ ਰੂਪ ਸਨ। ਇੱਕੋ ਸ਼ਬਦ ਨਾਲ ਸਾਰੀ ਸਿੱਧ ਮੰਡਲੀ ਨੂੰ ਜਿੱਤ ਲਿਆ ਕਿ ਪਾਣੀ ਹੈ ਨਹੀਂ। ਫਿਰ ਆਇਆ ਗੁਰੂ ਨਾਨਕ ਜੀ, ਪਾਣੀ ਠੋਰ ਨਹੀਂ ਉਸ ਤਾਲਾ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਪ੍ਰਗਟ ਤਾਰੇ ਬਣਵਾਰੀ, ਆਸਾ ਹੱਥ ਕਿਤਾਬ ਕੱਚ, ਕੁੰਜਾ ਵਾਂਗ ਮਸੱਲਾ ਤਾਰੀ, ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹਾਜ ਗੁਜ਼ਾਰੀ, ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ, ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ, ਲੱਤਾਂ ਵੱਲ ਖੁਦਾਏ ਦੇ ਕਿਉਂ ਕਰ ਪਿਆ ਹੋਏ ਬਜਗਾਰੀ, ਟੰਗੋਂ ਪਕੜ ਘਸੀਟਿਆ ਗੁਰੂ ਸਾਹਿਬ ਕੋਈ ਖਾਸ ਲੈਕਚਰ ਨਹੀਂ ਸੀ ਦਿੰਦੇ, ਬੜੇ ਤਰੀਕੇ ਨਾਲ ਸਮਝਾਉਂਦੇ ਸਨ। ਇਸੇ ਤਰ੍ਹਾਂ ਮੱਕੇ ਦੇ ਮੁਸਲਮਾਨਾਂ ਨੂੰ ਵੀ ਸਮਝਾਇਆ ਕਿ ਰੱਬ ਮੱਕੇ ਵਿੱਚ ਕੈਦ ਨਹੀਂ ਹੈ, ਰੱਬ ਹਰ ਪਾਸੇ ਹੈ, ਹਰ ਜਗ੍ਹਾ ਹੈ। ਟੁਕ ਦਮ ਕਰਾਰੀ ਜੋ ਕਰੋ, ਜਹਾਂ ਤਹਾਂ ਮੌਜੂਦ, ਹਰ ਜਗ੍ਹਾ ਹੈ। ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ,
ਲੱਤਾਂ ਵੱਲ ਖੁਦਾਏ ਦੇ ਕਿਉਂ ਕਿਰਪਾਇਆ ਹੋਈ ਬਜਗਾਰੀ ਟੰਗੋਂ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇਣ ਜੁਆਰੀ ਹੋਏ ਹੈਰਾਨ ਕਰੇਣ ਜੁਆਰੀ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾਂ ਇਕੱਠੇ ਹੋਈ ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਪੁੱਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਨੋਈ ਬਾਬਾ ਕੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਵੇਂ ਰੋਈ ਅੱਗੇ ਜਾਤ ਨਾ ਜੋਰ ਹੈ ਅੱਗੇ ਜਿਉ ਨਵੇਂ ਜਿਨਕੀ ਲੇਖੇ ਪਤ ਪਵੇ ਚੰਗੇ ਸੇ ਕੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾ ਬਾਜੋ ਦੋਵੇਂ ਰੋਈ ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਣ ਨਾ ਟੋਈ ਕੱਚਾ ਰੰਗ ਕਸੁੰਮਦਾ ਪਾਣੀ ਧੋਤੇ ਥਿਰ ਨਾ ਰਹੋਈ ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਕਥਾ ਖਿਲੋਈ ਰਾਸ਼ਤਾਨੀ ਦੁਨੀਆ ਗੋਈ ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ ਘਰ ਘਰ ਬਾਬਾ ਗਾਵੀਏ ਹਿੰਦੂ ਮੁਸਲਮਾਨ ਜਵਾਗੀ ਛੱਪੇ ਨਾ ਛਪਾਇਆ ਚੜਿਆ ਸੂਰਜ ਜਗ ਰੁਸ਼ਨਾਈ ਬੁਕਿਆ ਸਿੰਘ ਉਜਾੜ ਵਿੱਚ ਸਾਮਿਰ ਗਾਵਲ ਭੰਨੀ ਜਾਈ ਚੜੇ ਚੰਦ ਨਾ ਲੁਕਈ ਕੱਢ ਕੁਨਾਲੀ ਜੋਤ ਛੁਪਾਈ ਉਗੁਣ ਤੇ ਆਥਵਣ ਨੌਕਨ ਪ੍ਰਿਥਵੀ ਸਭ ਚੁਕਾਈ ਜਗ ਅੰਦਰ ਕੁਦਰਤ ਵਰਤਾਈ ਜਗ ਅੰਦਰ ਕੁਦਰਤ ਵਰਤਾਈ ਗੜ ਬਗਦਾਦ ਨਵਾਏ ਕੇ ਮੱਕਾ ਮਦੀਨਾ ਸਭ ਨਵਾਇਆ ਸਿੱਧ ਚੁਰਾਸੀ ਮੰਡਲੀ ਖੜ ਦਰਸ਼ਨ ਪਾਖੰਡ ਜਣਾਇਆ ਜਿੱਤੀ ਨੌਖਣ ਮੇਦਨੀ ਪਾਤਾਲਾ ਆਕਾਸ ਲੱਖ ਮੁਸਲਮਾਨਾਂ ਵਿੱਚ 14 ਤਬਕ ਮੰਨੇ ਗਏ ਹਨ ਉਹ ਕਹਿੰਦੇ ਨੇ ਕੁਰਾਨ ਵਿੱਚ ਲਿਖਿਆ ਸੱਤ ਆਕਾਸ਼ ਤੇ ਸੱਤ ਪਾਤਾਲ ਹਨ 14 ਲੋਕ ਜਿਸ ਨੂੰ ਆਖਦੇ ਹਨ ਲੇਕਿਨ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਅੱਜ ਦੇ ਵਿਗਿਆਨ ਨੇ ਸਾਬਿਤ ਕੀਤਾ ਹੈ ਕਿ ਅਨੇਕਾਂ ਸੂਰਜ ਹਨ ਜਿਹੜੇ ਸਾਨੂੰ ਨਹੀਂ ਦਿਸਦੇ ਸਾਨੂੰ ਨਹੀਂ ਪਤਾ ਲੱਗਦਾ ਤਾਂ ਗੁਰੂ ਸਾਹਿਬ ਤਾਂ ਪਹਿਲਾਂ ਹੀ ਆਖ ਕੇ ਸਨ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਉਹ ਤੇ ਉਸਦੇ ਬੇਅੰਤ ਨੂੰ ਪਹਿਲਾਂ ਹੀ ਦੱਸ ਗਏ ਹਨ ਗੁਰੂ ਸਾਹਿਬ ਤੇ ਗੁਰੂ ਸਾਹਿਬ ਨੇ ਆਖਿਆ ਪਾਤਾਲ ਆ ਪਾਤਾਲ ਲੱਖ ਆਗਾਸਾ ਆਗਾਸ ਫਿਰ ਓੜਕ ਓੜਕ ਭਾਲ ਥਕੇ ਹੁਣ ਲੱਭ ਲੱਭ ਕੇ ਲੱਭਦੇ ਪਏ ਹਨ ਕੋਈ ਚੰਦਰਮਾ ਤੇ ਜਾਂਦਾ ਹੈ ਕੋਈ ਸੂਰਜ ਤੇ ਜਾਂਦਾ ਹੈ ਕੋਈ ਕਿਤੇ ਜਾਣ ਦੀ ਕੋਸ਼ਿਸ਼ ਆਪਣੀ ਰੱਖਦਾ ਹੈ ਲੇਕਿਨ ਗੁਰੂ ਸਾਹਿਬ ਕਹਿੰਦੇ ਨੇ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਰ ਉਹ ਵੱਡਾ ਹੈ ਉਹ ਆਪਣੀ ਗੱਤ ਨੂੰ ਆਪੇ ਜਾਣਦਾ ਹੈ ਆਪਣੀ ਬੇਨਤਾ ਨੂੰ ਆਪੇ ਜਾਣਦਾ ਹੈ ਦੂਜਾ ਕੋਈ ਨਹੀਂ ਜਾਣ ਸਕਦਾ ਇਸ ਵਾਸਤੇ ਕਹਿੰਦੇ ਹਨ ਪਾਤਾਲ ਆਕਾਸ਼ ਲੱਖ ਜਿੱਤੀ ਧਰਤੀ ਜਗਤ ਸਵਾਇਆ ਜਿੱਤੀ ਨੌਖਣ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ ਦੇਵ ਦਾਨੋ ਰਾਕਸ਼ ਦੈਂਤ ਸਭ ਚਿਤ੍ਰਗੁਪਤ ਸਭ ਚਰਨੀ ਲਾਇਆ ਇੰਦਰਾਸਨ ਆ ਪੱਛਰਾਂ ਰਾਗ ਰਾਗਣੀ ਮੰਗਲ ਗਾਇਆ
ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ ਹਿੰਦੂ ਮੁਸਲਮਾਨ ਨਿਵਾਇਆ ਹਿੰਦੂ ਮੁਸਲਮਾਨ ਨਿਵਾਇਆ ਪ੍ਰਗਟ ਭਈ ਸੰਜੋਗਾ
ਵੱਡਿਆ।